ਉੱਥੇ ਹੀ ਮੇਰਾ ਜਨਮ ਹੈ ਚੰਦਰਕੋਟ ਦਾ। ਅੱਛਾ ਜੀ। ਸਾਡੇ ਚੌਹਾਂ ਭਰਾਵਾਂ ਦੇ ਚੰਦਰਕੋਟ ਦਾ ਜਨਮ। ਅੱਛਾ ਜੀ। ਚਾਰ ਭਾਈ ਆ ਅਸੀਂ। ਓਏ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਸੈਣੀ ਦੇ ਚਾਰ ਪੰਜ ਦਸ ਪੰਦਰ ਪਿੰਡ ਸੀਗੇ। ਅੱਛਾ ਜੀ। ਭੋਲੇ ਚੱਕ, ਨੌ ਚੱਕ, ਸੱਤ ਚੱਕ, ਅੱਠ ਚੱਕ, ਦਸ ਚੱਕ, ਇੱਦਾਂ ਦੇ ਕਈ ਪਿੰਡ ਸੀਗੇ। ਉਹ ਅਲੀ ਕਰਕੇ ਕਹਿੰਦੇ ਹੁੰਦੇ ਸੀ। ਇਹ ਬਰਾਦਰੀ ਕਿਹੜੀ ਸੀ ਇਹਨਾਂ ਦੀ ਭਲਾ? ਇਹ ਇੱਕ ਤੇਲੀ ਸੀਗੇ ਜੀ। ਅੱਛਾ, ਤੇਲੀਆਂ ਦੇ। ਹਾਂ, ਤੇਲੀ ਸੀ। ਪੰਡੋਰੀ ਬਾਦਾ ਤੋਂ ਗਏ ਸਾਡੇ ਪਿੰਡੋਂ ਹੀ ਉਹ। ਅੱਛਾ। ਸਾਡੇ ਨੇ ਪਿਆਰ ਹੀ ਬਹੁਤ ਕਰਦੇ ਹੁੰਦੇ ਸੀ। ਬਚਾਣੇ ਟੇਸ਼ਨ ਤੋਂ ਟਰਾਲੀ ਚੱਲਦੀ ਸੀ ਘੋੜੇ ਦੇ ਨਾਲ। ਅੱਛਾ। ਘੋੜਾ ਜੋੜਦੇ ਸੀ ਟਰਾਲੀ ਨੂੰ, ਇੱਕ ਬਣਾਈ ਹੋਈ ਟਰਾਲੀ ਤੇ ਘੋੜਾ ਜੋੜਦੇ ਸੀ, ਘੋੜੇ ਦੇ ਸਵਾਰੀ ਚੜ੍ਹਦੇ, ਘੋੜਾ ਦੌੜਾ ਹੀ ਜਾਂਦਾ ਹੁੰਦਾ ਸੀ। ਅੱਛਾ, ਲੈਨ ਬਣੀ ਸੀ ਨਾ? ਲੈਨ ਬਣੀ ਹੋਈ ਸੀ ਜੀ। ਅੱਛਾ ਜੀ। ਕਿੱਥੇ ਤੱਕ ਜਾਂਦੀ ਸੀ ਉਹ? ਕਿੱਥੇ ਤੱਕ ਜਾਂਦੀ? ਗੰਗੇ ਰਾਮ ਦੇ ਪਿੰਡ ਦਾ ਜੀ। ਭੈਣਾਂ ਜੀ, ਐਲਾਨ ਜੀ ਹੋ ਗਿਆ ਸੀ, ਹੌਲੀ ਹੌਲੀ ਪਤਾ ਲੱਗ ਗਿਆ ਵੀ ਹੁਣ ਉੱਜੜਨਾ ਪੈਣਾ ਆ। ਲਾਂਭੇ ਮਾਰ ਬਾਰਡ ਹੁੰਦੀ ਸੀ, ਪਰ ਸਾਡੇ ਜਿਹੜੇ ਮੁਸਲਮਾਨ ਸੀ ਸਾਡੇ ਨਾਲ ਉਹਨੇ ਬਹੁਤ ਪਿਆਰ ਰੱਖਿਆ। ਫੇਰ ਉਹ ਇੱਕ ਭਾਈ ਭਗਵਾਨ ਸਿੰਘ ਸੀ ਝੱਜਾਂ ਦਾ, ਉਹਨੂੰ ਪੜਾਇਆ। ਅੱਛਾ ਜੀ। ਪੜਾ ਕੇ ਉਹਨੂੰ ਮਹਾਰਾਜ ਜੀ ਸਾਰੀ ਬਾਣੀ ਸੁਣਾ ਜੀ, ਗੁਰੂ ਗ੍ਰੰਥ ਸਾਹਿਬ ਸਿਖਾਇਆ ਸਾਰਾ। ਗੁਰੂ ਗ੍ਰੰਥ ਸਾਹਿਬ ਮੂੰਹ ਜਵਾਨੀ ਬਈ ਉਹਨੂੰ ਚਲਾ ਦਿੱਤਾ। ਠੀਕ ਆ। ਅੰਦਰ ਲੋ ਸੀ ਉਹਦੇ। ਹੋਰ ਕੁਛ ਨੀ ਮਿਲਿਆ ਸਾਨੂੰ ਇੱਥੋਂ। ਦੀਵਾ ਸੀਗਾ। ਅੱਛਾ। ਉਹ ਹੈਗਾ ਅਜੇ ਵੀ ਸਾਂਭ ਕੇ ਰੱਖਿਆ। ਆਹ ਦੇਖੋ, ਆਹ ਨਿਸ਼ਾਨੀ ਸਾਡੀ ਮੁਸਲਮਾਨਾਂ ਦੀ। ਆਹ ਲਓ ਜੀ, ਆਹ ਹੈਗੀ ਆ ਜੀ, ਦੀਵਾ ਮਿਲਿਆ ਸਾਨੂੰ ਜੀ। ਅੱਛਾ। ਬਜ਼ੁਰਗੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਹਾਂਜੀ ਬਜ਼ੁਰਗੋ, ਸਾਰਿਆਂ ਤੋਂ ਪਹਿਲਾਂ ਨਾ ਆਪਣਾ ਨਾਮ ਦੱਸਿਓ। ਮੇਰੇ ਨਾਮ ਸਵਰਨ ਸਿੰਘ ਜੀ ਵੀ ਕਹਿੰਦੇ ਆ, ਬ੍ਰਹਮੀ ਵੀ ਕਹਿੰਦੇ ਆ, ਦੋ ਹੀ ਨਾਮ। ਸਵਰਨ ਸਿੰਘ ਬ੍ਰਹਮੀ ਹੈ ਨਾ? ਇਹ ਨਾਂ ਕਿੱਦਾਂ ਪਿਆ ਹੈ? ਬ੍ਰਹਮੀ ਬ੍ਰਹਮੀ ਜਾਨ ਵਾਲੀ ਮਾਂ ਨੇ ਬੇ ਨੇ ਰੱਖ ਲਿਆ। ਹਾਂ ਠੀਕ ਆ ਜੀ। ਅਤੇ ਪਿਤਾ ਜੀ ਦਾ ਨਾਂ ਦੱਸੋ। ਰਾਮ ਸਿੰਘ। ਅੱਛਾ ਜੀ। ਦਾਦੇ ਦਾ ਹੀ ਪਤਾ ਜੀ? ਹਾਂ, ਜੋਤੀ ਰਾਮ, ਮਾਂ ਆਤੀ। ਅੱਛਾ ਜੀ। ਹਾਂ। ਅੱਛਾ ਬਜ਼ੁਰਗੋ, ਤੁਸੀਂ ਇੱਥੇ ਦੇ ਲੋਕਲ ਆ ਕਿ ਸਾਡੇ ਬਜ਼ੁਰਗ ਉਦੋਂ ਜ਼ਮੀਨਾਂ ਲੈ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਕੰਮ, ਸਾਰੇ ਫਿਰ ਲੋਕ ਗਏ ਸੀਗੇ ਉਧਰ ਨੂੰ, ਤੇ ਸਾਡੇ ਬਜ਼ੁਰਗ ਵੀ ਚਲੇ ਗਏ। ਇਹਨਾਂ ਨੇ ਫਿਰ ਜ਼ਮੀਨ ਤਾਂ ਮਿਲੀ ਨਹੀਂ, ਤਾਂ ਇਹਨਾਂ ਨੇ ਫਿਰ ਅੱਧ ਤੇ ਬਹੁੰਦੇ ਰਹੇ। ਹੁਕਮੀ ਰਾਮ ਹੁੰਦਾ ਸੀਗਾ ਇੱਕ ਹਰਿਆਣੇ ਦਾ। ਅੱਛਾ। ਉਹਦੀ ਜ਼ਮੀਨ ਫਿਰ ਅੱਧ ਤੇ ਬਹੁੰਦੇ ਰਹੇ। ਅੱਛਾ ਜੀ। ਫਿਰ ਹੌਲੀ ਹੌਲੀ ਇਹਨੇ ਆਪਣੇ ਅੱਧ ਤੇ ਲੈ ਕੇ ਬਹੁੰਦੇ, ਚੰਦਰਕੋਟ ਆ ਗਏ, ਤੇ ਫਿਰ ਚੰਦਰਕੋਟ ਤੋਂ ਫਿਰ ਇਹ ਅੱਧ ਤੇ ਠੇਕੇ ਦੇ ਬਹੁੰਦੇ ਰਹੇ ਸਾਡੇ ਬਜ਼ੁਰਗ। ਠੀਕ ਆ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਉਮਰ ਕਿੰਨੀ ਕੁ ਆ ਤੁਹਾਡੀ ਹੁਣ? ਉਮਰ ਮੇਰੀ 80-90 ਸਾਲ ਹੋਣੀ ਆ ਜੀ। ਅੱਛਾ, ਮਤਲਬ 14-15 ਸਾਲਾਂ ਦੇ ਸੀਗੇ ਨਾ? 14-15 ਸਾਲ ਦਾ ਸੀ। ਹੜ ਹੁੜ ਬਹੁੰਦੇ ਹੁੰਦੇ? ਹੋਰ ਹੜ ਬਾਹ ਲੈਂਦਾ ਸੀ ਮੈਂ। ਠੀਕ ਆ। ਮੈਨੂੰ ਬਾਹਰ ਜ਼ਿਆਦਾ ਸਾਰੀ ਆ। ਹਾਂ। ਅੱਛਾ ਬਜ਼ੁਰਗੋ, ਤੁਹਾਡਾ ਪਿੰਡ ਕਿਹੜਾ ਸੀਗਾ ਉੱਧਰ? ਚੰਦਰਕੋਟ ਜੀ। ਚੰਦਰਕੋਟ? ਹਾਂ। ਉੱਥੇ ਤੁਹਾਡੀ ਮਤਲਬ ਜੰਮੇ ਉੱਥੇ? ਹਾਂ, ਉੱਥੇ ਹੀ ਮੇਰਾ ਜਨਮ ਹੈ ਚੰਦਰਕੋਟ ਦਾ। ਅੱਛਾ। ਸਾਡੇ ਚੌਹਾਂ ਭਰਾਵਾਂ ਦਾ ਚੰਦਰਕੋਟ ਦਾ ਜਨਮ। ਅੱਛਾ। ਚਾਰ ਭਾਈਆਂ ਸੀ। ਚਾਰ ਭਾਈ ਤੇ ਭੈਣਾਂ ਜੀ? ਭੈਣ ਇੱਕੋ ਸੀ। ਅੱਛਾ ਜੀ। ਬਲਵੀਰ ਕੌਰ ਉਹਦਾ ਨਾਂ ਸੀ। ਜਿਹੜੇ ਉਹ ਭਰਾ ਆ ਉਹ ਤੁਹਾਡੇ ਤੋਂ ਵੱਡੇ ਆ ਕਿ? ਮੇਰੇ ਤੇ ਵੱਡੇ ਆ ਜੀ। ਅੱਛਾ ਜੀ। ਹਾਂ। ਹੈਗੇ ਹਜੇ? ਹਾਂ ਹੈਗੇ ਆ। ਕੈਮ ਇੱਕ ਬੜਾ ਭਾੜਾ ਸਾਡਾ 110 ਸਾਲ ਦਾ ਹੋ ਕੇ ਗੁਜਰ, ਰਤਨ ਸਿੰਘ ਦਾ ਨਾਂ ਸੀ। ਅੱਛਾ। ਤੇ ਦੂਏ ਮੇਰੇ ਭਰਾ ਕੈਮ ਆ। ਅੱਛਾ। ਹਾਂ, ਮਤਲਬ ਉਹ ਵੀ 90-90 ਸਾਲ ਦੇ ਹਨ? ਉਹਨਾਂ ਦੀ ਸਿਹਤ ਮੇਰੇ ਨਾਲ ਵੀ ਠੀਕ ਆ। ਅੱਛਾ ਜੀ। ਹਾਂ ਠੀਕ ਆ ਠੀਕ ਆ। ਜ਼ਮੀਨ ਉਹਨਾਂ ਨੇ ਖਰੀਦੀ ਆ ਉੱਥੇ ਜ਼ਿਲ੍ਹੇ ਪਟਿਆਲੇ ਵਿੱਚ, ਅਤੇ ਉਹ ਦੋ ਮਰਬੇ ਉੱਥੇ ਰਹਿੰਦੇ ਆ ਕਮਾਈ ਕਰਕੇ, ਅਤੇ ਐਨ ਠੀਕ ਠਾਕ ਆ ਮੇਰੇ ਬੜੇ ਭਰਾ। ਅੱਛਾ ਬਜ਼ੁਰਗ, ਜਿੱਦਾਂ ਹੁਣ ਤੁਸੀਂ ਪਿੰਡ ਦੱਸਦੇ ਵੀ ਸਾਡਾ ਪਿੰਡ ਚੰਦਰਕੋਟ ਸੀਗਾ ਨਾ? ਹਾਂ, ਚੰਦਰਕੋਟ। ਅਤੇ ਮੁੜ ਕੇ ਉਹ ਚੰਦਰਕੋਟ ਹੀ ਰਹੇ ਕਿ ਤੁਸੀਂ ਨੌ ਚੱਕ ਦੱਸਦੇ? ਚੰਦਰਕੋਟ ਸਾਡੇ ਬਾਬੇ ਨੇ ਜਾਂ ਜ਼ਮੀਨ ਲੈ ਲਈ ਉੱਥੇ। ਹਾਂਜੀ। ਅਤੇ ਮੈਨੂੰ ਵੀ ਚਾਅ, ਮੈਂ ਛੋਟਾ ਜਿਹਾ ਹੁੰਦਾ ਸੀ, ਮੈਨੂੰ ਚਾਅ ਚੜਿਆ ਕਿ ਬਾਬੇ ਨੇ ਜ਼ਮੀਨ ਲੈ ਹੈਗੀ ਸਾਡੀ ਉੱਥੇ। ਮਾਂ ਕਹਿੰਦੀ ਤੁਹਾਡੀ, ਮੈਂ ਕਿਹਾ ਮੇਰਾ ਬਾਬਾ ਕਿੱਥੇ ਚਲੇ ਜਾਂਦਾ? ਆਖੇ ਜ਼ਮੀਨ ਜੀ ਉੱਥੇ ਲਈ ਆ। ਮੈਂ ਕਿਹਾ ਮੈਂ ਵੀ ਜਾਣਾ, ਮੈਂ ਛੋਟਾ ਜਿਹਾ ਸੀ, ਮੈਂ ਪੁੱਛਿਆ ਨਹੀਂ ਦੱਸਿਆ ਇਹਨੂੰ। ਕਹਿੰਦੇ ਸੀ ਆਪਣੇ ਨਨਕਾਣੇ ਸਾਹਿਬ ਤੋਂ ਲੈਣ ਜਾਂਦੀ ਆ, ਅਤੇ ਲੈਂਦੇ ਪੈ ਕੇ ਚਲੇ ਜਾਈਦਾ, ਅਤੇ ਉੱਥੇ ਮੁੜ ਸਟੇਸ਼ਨ ਬਚਾਉਣਾ ਆ, ਉੱਥੋਂ ਫਿਰ ਪਿੰਡ ਸਾਡਾ ਖੂਹਾ ਜਾਂਦਾ, ਨਹਿਰ ਨਿਕਲਦੀ ਆ, ਅਤੇ ਉੱਥੋਂ ਦੀ ਨੌ ਚੱਕ ਚਲੇ ਜਾਈਦਾ। ਅੱਛਾ। ਮੈਂ ਇਕੱਲਾ ਹੀ ਦੌੜ ਗਿਆ ਚਾਹ ਜੀ। ਅੱਛਾ। ਬਾਬੇ ਕੋਲ ਜਾਣਾ। ਕਿੰਨੀ ਕੁ ਦੂਰ ਸੀਗਾ ਚੰਦਰਕੋਟ ਤੋਂ ਨੌ ਚੱਕ ਜਿਹੜਾ ਸੀਗਾ? ਮੇਰੇ ਖਿਆਲ 10 ਕਿਲੋਮੀਟਰ ਸੀਗਾ।
ਠੀਕ ਆ। ਅੱਛਾ ਬਜ਼ੁਰਗੋ, ਜਿਹੜੇ ਤੁਸੀਂ ਪਿੰਡ ਜਿਹੜਾ ਤੁਹਾਡਾ ਹੈ ਨਾ ਚੰਦਰਕੋਟ, ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਸੈਣੀ ਦੇ ਚਾਰ ਪੰਜ ਦਸ ਪੰਦਰਾਂ ਪਿੰਡ ਸੀਗੇ। ਅੱਛਾ ਜੀ। ਭੋਲੇ ਚੱਕ, ਨੌ ਚੱਕ, ਸੱਤ ਚੱਕ, ਅੱਠ ਚੱਕ, ਦਸ ਚੱਕ, ਏਦਾਂ ਦੇ ਕਈ ਪਿੰਡ ਸੀਗੇ ਉਹ। ਅੱਛਾ ਜੀ। ਹਾਂ ਠੀਕ ਆ। ਜਿਹੜਾ ਬਜ਼ੁਰਗ ਤੁਹਾਡਾ ਪਿੰਡ ਸੀਗਾ ਉਹ ਸਾਰਾ ਸਿੱਖਾਂ ਦਾ ਸੀ ਕਿ ਬਾਕੀ ਵੀ ਰਲੀ ਮਿਲੀ ਸੀਗੀ? ਨਾ ਜੀ, ਸਾਰਾ ਸਿੱਖਾਂ ਸਰਦਾਰਾਂ ਦੇ ਪਿੰਡ ਚੰਦਰਕੋਟ। ਅੱਛਾ। ਜਿਹੜਾ ਨੌ ਚੱਕ ਸੀਗਾ ਉਹ ਲੋਕਾਂ ਨੇ ਜ਼ਮੀਨਾਂ ਮੁੱਲ ਲਈਆਂ ਸੀ, ਕਿਸੇ ਨੂੰ ਅਲਾਟ ਹੋਈਆਂ ਸੀਗੀਆਂ, ਨੌ ਚੱਕ ਸੀਗਾ। ਅੱਛਾ ਜੀ। ਅਤੇ ਨੌ ਚੱਕ ਵਿੱਚ ਜਿਹੜੇ ਮੁਸਲਮਾਨ ਜਾਣਦੇ ਇੱਕ ਤਿੰਨ ਚਾਰ ਬੰਦੇ, ਮੈਨੂੰ ਉਹਨਾਂ ਦਾ ਨਾਵਾਂ ਦਾ ਪਤਾ ਦੱਸਿਓ ਤਾਂ ਜੀ। ਹਾਂਜੀ। ਇੱਕ ਹੈਗਾ ਮੁਹੰਮਦ ਅਲੀ ਆ। ਅੱਛਾ। ਇੱਕ ਬਰਵਾਲਾ ਸੀਗਾ। ਅੱਛਾ। ਉਹ ਵੀ ਬਹੁਤ ਪਿਆਰ ਕਰਦਾ ਸੀ। ਇਹ ਕਿਹੜੀ ਬਰਾਦਰੀ ਕਿਹੜੀ ਸੀ? ਮੁਹੰਮਦ ਅਲੀ ਸੀ। ਹਾਂ, ਇਹ ਬਰਾਦਰੀ ਕਿਹੜੀ ਕਰਦਾ ਸੀ? ਬਰਾਦਰੀ ਕਿਹੜੀ ਸੀ ਇਹਨਾਂ ਦੀ? ਇਹਨਾਂ ਦੀ ਮੁਸਲਮਾਨ ਸੀਗੇ ਜੀ ਉਹ। ਮੁਸਲਮਾਨ ਚ ਤਾਂ ਰਾਈ ਹੁੰਦੇ ਹੈ ਨਾ? ਹਾਂ, ਰਾਈ ਜਾਂ ਉਹ। ਹਾਂਜੀ, ਰਾਈ ਉਹ ਸੀਗਾ। ਇੱਕ ਤਾਂ ਪਠਾਨ ਸੀ, ਅਮੀਰ ਖਾਨ ਸੀ। ਅੱਛਾ। ਉਹ ਪਠਾਨ ਸੀ, ਦੋ ਮੁੰਡੇ ਸੀ। ਅੱਛਾ। ਸਾਡੇ ਘਰ ਦੇ ਨਾਲ ਘਰ ਸੀ। ਠੀਕ ਆ। ਚੜ੍ਹਦੇ ਪਾਸੇ ਛੱਪੜ ਸੀ, ਪਿੰਡੋਂ ਦੂਜਾ ਮੁਰੱਬਾ ਸੀ, ਅੰਬ ਸਾਡੇ ਲੱਗੇ ਹੋਏ ਸੀ, ਬਹੁਤ ਮੋਟੇ ਮੋਟੇ ਅੰਬ, ਦੋ ਚਾਰ ਕਿਲੋ ਥਾਂ ਸੀ ਅੰਬਾਂ ਦਾ, ਕੇਲੇ, ਅੰਬ, ਬੌੜੀ ਭਾੜੀ ਟਾਹਲੀ ਹੁੰਦੀ ਸੀ। ਮੇਰਾ ਰੂਹ ਕਰਦਾ ਵੀ ਦੇਖ ਆਈਏ ਕਿਤੇ ਜਾ। ਅੱਛਾ। ਬਹੁਤ ਜਿੱਤ ਕਰਦਾ। ਠੀਕ ਆ। ਅਤੇ ਅੱਛਾ ਬਜ਼ੁਰਗ, ਜਿਹੜਾ ਤੁਹਾਡਾ ਪਿੰਡ ਸੀਗਾ ਨਾ ਉਹ ਕਿੱਦਾਂ ਦਾ ਸੀਗਾ? ਪਿੰਡ ਬਹੁਤ ਵਧੀਆ ਸੀ ਸਾਡਾ। ਅੱਛਾ। ਹਾਂ, ਨੌ ਚੱਕ ਵੀ ਪੱਕੇ ਮਕਾਨ ਸੀ, ਜਿਹੜੇ ਚੰਦਰਕੋਟ ਸੀ ਉਹ ਸਰਦਾਰਾਂ ਦੇ ਪਿੰਡ ਸੀਗਾ। ਠੀਕ ਆ। ਅੱਛਾ, ਹੁਣ ਇਹ ਦੱਸੋ ਸਾਨੂੰ ਵੀ ਜਿਹੜਾ ਤੁਹਾਡਾ ਪਿੰਡ ਆ ਚੰਦਰਕੋਟ ਆ ਕਿ ਨੌ ਚੱਕ ਆ? ਦੋਵੇਂ ਥਾਂ ਹੀ ਰਹਿੰਦੇ ਸੀ ਨਾ, ਚਾਰ ਭਰਾ ਸੀਗੇ। ਅੱਛਾ। ਕਦੀ ਉੱਧਰ ਚਲੇ ਜਾਂਦੇ, ਕਦੇ ਮਾਂ, ਸਾਡਾ ਮਾਂ ਪਿਓ ਜੀ ਇੱਕ ਸੀ, ਬਾਬਾ ਸੀ, ਇਕੱਠੇ ਸੀਗੇ। ਅਤੇ ਜਿਹੜਾ ਤੁਹਾਡਾ ਜਿਹੜਾ ਜਨਮ ਆ ਉਹ ਚੰਦਰਕੋਟ ਦਾ? ਚੰਦਰਕੋਟ, ਸਾਡੇ ਚੌਹਾਂ ਭਰਾਵਾਂ ਦਾ ਜਨਮ ਚੰਦਰਕੋਟ। ਠੀਕ ਆ। ਅਤੇ ਉੱਥੇ ਬਜ਼ੁਰਗ ਪੜ੍ਹੇ ਵੀ? ਪੜ੍ਹਿਆ ਮੈਂ ਨਹੀਂ ਪੜ੍ਹਿਆ, ਸਕੂਲੇ ਮੈਂ ਗਿਆ ਦੋ ਕੁ ਵਾਰੀ, ਉਹ ਚਾਅ ਨਹੀਂ ਸੀਗਾ। ਇੱਕ ਭਰਾ ਸਾਡਾ ਪੜ੍ਹਿਆ ਸੀਗਾ ਥੋੜ੍ਹਾ ਜਿਹਾ। ਅੱਛਾ ਜੀ। ਉਹ ਜ਼ਮੀਨ ਦਾ ਬੜਾ ਚਾਅ ਸੀ ਹਲ ਵਾਹੁਣ ਦਾ, ਪੜ੍ਹਦੇ ਪੁੜਦੇ ਘੱਟ ਹੀ ਸੀਗੇ, ਔਰ ਡੰਗਰਾਂ ਦੇ ਦੁਆਲੇ ਹੋਏ ਰਹੇ, ਡੰਗਰਾਂ ਮੱਝਾਂ ਮੁੱਝਾਂ ਰੱਖ ਲੈਣੀਆਂ। ਸਹੀ ਸਹੀ ਆ। ਅਤੇ ਉਹਦੇ ਲਈ ਮੁਸਲਮਾਨ ਜੰਗਲ ਸੀਗੇ, ਮੱਝਾਂ ਰੱਖ ਲੈਂਦੇ ਸੀਗੇ, ਉਹਨਾਂ ਨੇ ਆਪਣੇ ਅਸੀਂ ਦੁੱਧ ਪੀਣਾ, ਸਾਨੂੰ ਵੀ ਉਹਨੇ ਸਿਖਾ ਲੈਣਾ, ਬਾਲਟੀ ਗੋਡੇ 'ਤੇ ਰੱਖ ਲੈਣੀ, ਉਦਾਂ ਹੀ ਪੀਣਾ, ਤਾਂ ਨਹੀਂ ਕਰਨਾ। ਅੱਛਾ ਜੀ। ਹਾਂ, ਬੜੇ ਜਵਾਨ ਸੀਗੇ। ਠੀਕ ਆ। ਅੱਛਾ, ਵੀ ਐਨ ਸਿਹਤ ਠੀਕ ਸੀਗੀ? ਨਹੀਂ ਨਹੀਂ ਵਧੀਆ। ਅੱਛਾ ਬਜ਼ੁਰਗ, ਜਿਹੜੇ ਤੁਹਾਡੇ ਨਾਲ ਦੇ ਹਮ ਉਮਰ ਸੀਗੇ, ਹਾਂ, ਜਿਹੜੇ ਉੱਥੇ ਦੇ ਮੁੰਡੇ ਸੀਗੇ ਨਾ, ਉਹਨਾਂ ਦੇ ਨਾਂ ਪਤਾ? ਨਾਂ ਜਿਹੜੇ ਚੰਦਰਕੋਟ ਆ ਉਹਨਾਂ ਦਾ ਵੀ ਪਤਾ ਮੈਨੂੰ। ਹਾਂਜੀ, ਦੱਸੋ ਜਿਹੜੇ ਤੁਹਾਡੇ ਹਮ ਉਮਰ ਸੀਗੇ ਦੋਸਤ ਜਿਹੜੇ ਸੀਗੇ ਨਾ, ਦੋਸਤ ਦੋ ਤਿੰਨਾਂ ਦਾ ਨਾਵਾਂ ਦਾ ਪਤਾ ਆ। ਹਾਂਜੀ। ਇੱਕ ਆਪਣੇ ਮੁਹੰਮਦ ਅਲੀ ਸੀ। ਅੱਛਾ ਜੀ। ਇੱਕ ਮੁਹੰਮਦ ਅਲੀ, ਇੱਕ ਸੀਗਾ ਅਲੀ, ਉਹਨੂੰ ਅਲੀ ਅਲੀ ਕਰਕੇ ਕਹਿੰਦੇ ਹੁੰਦੇ ਸੀ। ਇਹ ਬਰਾਦਰੀ ਕਿਹੜੀ ਸੀ ਇਹਨਾਂ ਦੀ ਭਲਾ? ਇਹ ਇੱਕ ਤੇਲੀ ਸੀਗੇ ਜੀ। ਅੱਛਾ, ਤੇਲੀਆਂ ਦੇ? ਹਾਂ, ਤੇਲੀ ਸੀ, ਪੰਡੋਰੀ ਬਾਦਾਸ ਤੋਂ ਗਏ ਹੋਏ ਸਾਡੇ ਪਿੰਡੋਂ ਹੀ ਉਹ। ਅੱਛਾ। ਸਾਡੇ ਨਾਲ ਪਿਆਰ ਹੀ ਬਹੁਤ ਕਰਦੇ ਹੁੰਦੇ ਸੀ। ਹਾਂਜੀ, ਬਹੁਤ ਇਕੱਠੇ ਰਹੀਦਾ ਸੀ, ਖੇਲਣਾ ਖੁੱਲਣਾ। ਠੀਕ ਆ। ਹਾਂ, ਅਤੇ ਜ਼ਮੀਨ ਕਿੰਨੀ ਕੁ ਸੀਗੀ ਬਜ਼ੁਰਗ ਉੱਥੇ? ਜ਼ਮੀਨ ਸਾਡੀ ਇੱਥੇ ਚੰਦਰਕੋਟ ਦਾ ਅੱਧ ਤੇ ਬਹੁੰਦੇ ਸੀ ਠੇਕੇ ਦੇ। ਅੱਛਾ। ਤੇ ਆਪਣੇ ਜਿਹੜਾ ਨੌ ਚੱਕ ਸੀਗਾ ਸਾਡੇ ਬਾਬੇ ਨੇ ਅੱਧਾ ਮੁਰੱਬਾ ਖਰੀਦਿਆ ਸੀ। ਅੱਛਾ। ਹਾਂ, ਕੇਲੇ, ਅੰਬ, ਟਾਹਲੀਆਂ ਵਿੱਚ ਬੜੀਆਂ ਭਾਰੀਆਂ ਸੀਗੀਆਂ। ਅੱਛਾ ਜੀ। ਪਿੰਡੋਂ ਜਾਈਦਾ ਸੀ। ਹਾਂਜੀ। ਅਤੇ ਨਨਕਾਣੇ ਸਾਹਿਬ ਇੱਕ ਝਾਲ ਹੁੰਦੀ, ਆਪਣੇ ਪਿੰਡੋਂ ਜਾਈਦਾ ਸੀ। ਝਾਲ ਬਾਬੂ ਕਿਹਨੂੰ ਕਹਿੰਦੇ ਭਲਾ? ਹਾਂ, ਝਾਲ ਕਿਹਨੂੰ ਕਹਿੰਦੇ ਆ? ਝਾਲ ਜੀ ਇੱਕ ਰਜੋਹਾ ਸੀਗਾ। ਹਾਂਜੀ। ਬੜਾ ਭਾਰਾ, ਉਹ ਪਾਣੀ ਨਹੀਂ ਸੀ ਚੜ੍ਹਦਾ। ਅੱਛਾ। ਉਹ ਗੰਗਾ ਰਾਮ ਦਾ ਪਿੰਡ ਸੀਗਾ ਜਿਹੜਾ ਨਾ ਮਹੰਤ ਸੀਗਾ ਨਨਕਾਣੇ ਸਾਹਿਬ, ਉਹਦੇ ਸੀਗੇ ਉਹ ਮੁਨਸ਼ੀ, ਉਹਨਾਂ ਨੂੰ ਮੁਰੱਬਾ ਪਿੰਡ ਹੀ ਦੇ ਦਿੱਤਾ ਸੀ ਗੰਗਾ, ਜਿਹੜਾ ਨਨਕਾਣਾ ਸਾਹਿਬ ਦਾ ਮਹੰਤ ਨਰਾਇਣ ਦਾਸ ਆ। ਮਹੰਤ ਨੇ ਦੇ ਦਿੱਤਾ ਸੀ ਮੁਰੱਬਾ ਉਹ, ਨਰਾਇਣ ਦਾਸ ਨੇ ਨਾ? ਨਰਾਇਣ ਦਾਸ ਨੇ। ਅੱਛਾ ਜੀ। ਤੇ ਉਹਨਾਂ ਨੂੰ ਦੋ ਭਰਾ ਸੀ, ਉਹਨਾਂ ਨੂੰ ਪਿੰਡ ਹੀ ਦੇ ਦਿੱਤਾ ਸੀ ਉਹ ਗੰਗਾ ਰਾਮ। ਅੱਛਾ ਜੀ। ਉਹਨਾਂ ਪਿੰਡ ਦਾ ਨਾਂ ਹੀ ਗੰਗਾ ਰਾਮ ਸੀ। ਅੱਛਾ, ਉਹ ਬੰਦੇ ਦੇ ਨਾਂ ਤੇ ਪੈ ਗਿਆ ਨਾ, ਪਿੰਡ ਦੇ ਨਾਂ ਦੇ। ਲਾੜ ਪਾਉਣੀ ਬਹੁਤ ਸੀ ਫਿਰ ਸਿੱਖਾਂ ਨੂੰ, ਬਈ ਤੁਸੀਂ ਮੰਗ ਮੰਗੋ ਕੀ ਲੈਣਾ, ਅਸੀਂ ਕੁਛ ਨਹੀਂ ਕਹਿੰਦੇ ਲੈਣਾ, ਸਾਨੂੰ ਨਨਕਾਣਾ ਸਾਹਿਬ ਦਿੱਤਾ ਜਾਏ, ਅਸੀਂ ਸੇਵਾ ਕਰਨੀ ਮਹਾਰਾਜ ਦੀ। ਹਾਂਜੀ। ਫਿਰ ਇਹਨਾਂ ਨੂੰ ਸਿੱਖਾਂ ਨੂੰ ਨਨਕਾਣਾ ਸਾਹਿਬ ਦੇ ਦਿੱਤਾ, ਅੰਗਰੇਜ਼ਾਂ ਨੇ ਐਲਾਨ ਕਰ ਦਿੱਤਾ। ਅਤੇ ਕੁਛ ਦਿਨ ਪਾ ਕੇ ਪਹਿਲਾਂ ਹੀ ਜਿਹੜਾ ਨਰਾਇਣ ਆਪ ਸੀਗਾ ਧਾਰਿਆ ਵਾਲੀ ਆ, ਇਹ ਬੜੇ ਹੁੱਬ ਕੇ ਚਲੇ ਗਏ ਵੀ ਮੈਂ ਪਹਿਲਾਂ ਜਾ ਕੇ ਕਬਜ਼ਾ ਕਰ ਲਾ। ਤਰੀਕ ਦਿੱਤੀ ਸੀ ਉਹ ਲਕਸ਼ਮਣ ਸਿੰਘ ਧਾਰੋਵਾਲ ਸੀ ਬਾਪੂ ਜੀ ਹੈ ਨਾ? ਹਾਂ, ਧਾਰੋਵਾਲੀ ਆ। ਹਾਂਜੀ। ਅੰਗਰੇਜ਼ਾਂ ਨੇ ਤਰੀਕ ਦਿੱਤੀ, ਫਲਾਂ ਨੇ ਤਰੀਕ ਨੂੰ ਮਹੰਤ ਨੂੰ ਕਿਹਾ ਇੱਥੋਂ ਚਲੇ ਜਾ ਤੂੰ, ਛੱਡ ਦੇ ਇਹ, ਜਾਣੀ ਦੋ ਚਾਰ ਦਿਨ ਪਹਿਲਾਂ ਚਲੇ ਗਿਆ ਇਹ। ਫਿਰ ਉਹਨਾਂ ਨੇ ਜਾਂਡਰਾਂ ਚੱਕ ਕੇ ਮਾਰ ਦਿੱਤਾ, ਤਾਬਿਆਂ ਤੋਂ ਚੱਕਿਆ, ਤਾਬਿਆਂ ਤੋਂ ਚੱਕਿਆ,
ਤੇ ਇੰਜਨ ਉਹਨਾਂ ਤਿੰਨ ਕੁ ਵੱਜੇ ਆ ਚਾਰ ਕੁ ਵੱਜੇ ਆ ਉਹਨੀ ਗੇਟ ਖੋਲੇ ਜਦ ਗੇਟ ਖੋਲੇ ਜਿਹੜੀ ਫੌਜ ਸੀਗੀ 300-400 ਬੰਦਾ ਇਹ ਅੰਦਰ ਵੜ ਗਿਆ ਅੰਦਰ ਵੜ ਗਿਆ ਉਹਨੇ ਅੰਦਰ ਹੀ ਮਾਰ ਦਿੱਤੇ ਅੰਦਰ ਹੀ ਸਾਰੇ ਮਾਰ ਦਿੱਤੇ ਹਾਂਜੀ ਆਪਣੇ ਗੁੰਡੇ ਸੱਦੇ ਗੁੰਡੇ ਗਾਦਰੀ ਸੱਦੀ ਹੋਈ ਸੀ ਅੱਛਾ ਬਜ਼ੁਰਗ ਉਹਦਾ ਜਿਹੜਾ ਆ ਇਹ ਮੁਨਸ਼ੀ ਸੀ ਨਾ ਨਰਾਇਣ ਦਾਸ ਦਾ ਨਰਾਇਣ ਦਾਸ ਦਾ ਮੁਨਸ਼ੀ ਸੀ ਹਾਂ ਤੇ ਜਿਹੜਾ ਪਿੰਡ ਵੀ ਉਹਦੇ ਨਾਂ ਤੇ ਗੰਗਾ ਰਾਮ ਉਹਦੇ ਨਾਂ ਦੇ ਝਲਾਰਾਂ ਚੱਲਦੀਆਂ ਸੀ ਹਾਂ ਜਿਹੜਾ ਝਲਾਰਾਂ ਉਹਦੇ ਵਿੱਚ ਦੀ ਜਾਣੀ ਨਾ ਸਟੇਸ਼ਨ ਤੋਂ ਟਰਾਲੀ ਚੱਲਦੀ ਸੀ ਘੋੜੇ ਦੇ ਨਾਲ ਅੱਛਾ ਘੋੜਾ ਜੋੜਦੇ ਸੀ ਟਰਾਲੀ ਨੂੰ ਇੱਕ ਬਣਾਈ ਟਰਾਲੀ ਤੇ ਘੋੜਾ ਜੋੜਦੇ ਸੀ ਘੋੜੇ ਦੇ ਸਵਾਰੀ ਚੜ੍ਹਦੇ ਘੋੜਾ ਦੌੜਾ ਹੀ ਜਾਂਦਾ ਹੁੰਦਾ ਸੀ ਅੱਛਾ ਲੈਨ ਬਣੀ ਸੀ ਨਾ ਲੈਨ ਬਣੀ ਹੋਈ ਸੀ ਜੀ ਅੱਛਾ ਜੀ ਕਿੱਥੇ ਤੱਕ ਜਾਂਦੀ ਸੀ ਉਹ ਕਿੱਥੇ ਤੱਕ ਜਾਂਦੀ ਸੀ ਗੰਗਾ ਰਾਮ ਦੇ ਪਿੰਡ ਦਾ ਹੀ ਅੱਛਾ ਜੀ ਹਾਂ ਗੰਗਾ ਰਾਮ ਦੇ ਪਿੰਡ ਦਾ ਹੀ ਜਾਂਦੀ ਸੀ ਕਿ ਉਹ ਮਹੰਤਾਂ ਨੇ ਜਿਹੜੇ ਸੀ ਨਾ ਉਹਨਾਂ ਨੇ ਫਿਰ ਜੋੜ ਦਿੱਤੀ ਸੀ ਇਹਨੂੰ ਇਨਾਮ ਦਿੱਤਾ ਠੀਕ ਆ ਹਾਂ ਉਹ ਬਜ਼ੁਰਗ ਉਹ ਜਿਹੜੀ ਉਹ ਕਹਿੰਦੇ ਵੀ ਉਹ ਜਿਹੜੇ ਘੋੜੇ ਦੀ ਅਸੀਂ ਗੱਲ ਕਰਦੇ ਉਹ ਹਜੇ ਵੀ ਹੈਗਾ ਉੱਥੇ ਹਾਂ ਘੋੜਾ ਜੇ ਚੱਲਦਾ ਸੀ ਅੱਛਾ ਪਾਣੀ ਬਹੁਤ ਝਲਾਰਾਂ ਦਾ ਸੀ ਹਾਂ ਮਸ਼ਹੂਰ ਸੀ ਗੰਗਾ ਰਾਮ ਹਾਂਜੀ ਹਾਂਜੀ ਕਿਉਂਕਿ ਹਜੇ ਵੀ ਦੱਸਦੇ ਆ ਵੀ ਉੱਥੇ ਹਜੇ ਵੀ ਉਹ ਜਿਹੜਾ ਘੋੜੇ ਦੇ ਪਿੱਛੇ ਪੈ ਕੇ ਜਾਂਦਾ ਨਾ ਹਜੇ ਵੀ ਹੈਗਾ ਵਾ ਹਾਂ ਠੀਕ ਆ ਅਤੇ ਅੱਛਾ ਬਜ਼ੁਰਗ ਉਹ ਜਦੋਂ 47 ਆ ਗਏ ਨਾ ਕਿਉਂਕਿ ਸਾਰੇ ਤੁਸੀਂ ਦੱਸਦੇ ਵੀ ਪਹਿਲਾਂ ਬੜੇ ਪ੍ਰੇਮ ਨਾਲ ਰਹਿੰਦੇ ਸੀ ਬਹੁਤ ਪ੍ਰੇਮ ਨਾਲ ਤੇ ਜਦੋਂ 47 ਦੀ ਉਜਾੜੇ ਲੱਗੇ ਪੈਣ ਫਿਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਕਿੱਦਾਂ ਪਤਾ ਲੱਗਾ ਵੀ ਹੁਣ ਸਾਨੂੰ ਜਾਣਾ ਪੈਣਾ ਇੱਥੋਂ ਸਾਨੂੰ ਜਾਣਾ ਪੈਣਾ ਜੀ ਐਲਾਨ ਜੀ ਹੋ ਗਿਆ ਸੀ ਹੌਲੀ ਹੌਲੀ ਪਤਾ ਲੱਗ ਗਿਆ ਵੀ ਹੁਣ ਉੱਜੜਨਾ ਪੈਣਾ ਆ ਲਾਂਭੇ ਮਾਰ ਬਾਰਡ ਹੁੰਦੀ ਸੀ ਪਰ ਸਾਡੇ ਜਿਹੜੇ ਮੁਸਲਮਾਨ ਸੀ ਸਾਡੇ ਨਾਲ ਉਹਨੇ ਬਹੁਤ ਪਿਆਰ ਰੱਖੇ ਅੱਛਾ ਇੱਧਰ ਹੋ ਗਏ ਹੋਏ ਸੀ ਸਾਰੇ ਤੇ ਬਹੁਤ ਪਿਆਰ ਰੱਖਿਆ ਸਾਨੂੰ ਨਨਕਾਣਾ ਸਾਹਿਬ ਜਿਹੜੇ ਸਾਡੇ ਬਜ਼ੁਰਗ ਸੀਗੇ ਸਾਡੇ ਬੰਦੇ ਸੀਗੇ ਰਹਿੰਦੇ ਚੰਦਰਕੋਟ ਉਹਨਾਂ ਨੂੰ ਨਨਕਾਣਾ ਸਾਹਿਬ ਛੱਡ ਕੇ ਗਿਆ ਮਲਕ ਭੋਲਾ ਕਿਹੜੇ ਪਿੰਡ ਤੋਂ ਸੀ ਬਡੋਰੀ ਬਾਹ ਦਾਸ ਤੋਂ ਸੀਗਾ ਉੱਥੇ ਸਾਡੇ ਕੋਲ ਰਹਿੰਦਾ ਤੁਹਾਡੇ ਪਿੰਡ ਹਾਂ ਸਾਨੂੰ ਉਹ 3-4 ਭਰਾ ਸੀਗੇ ਸਾਨੂੰ ਉਹ ਨਨਕਾਣਾ ਸਾਹਿਬ ਛੱਡ ਕੇ ਗਏ ਅੱਛਾ ਜੀ ਜਾਣੀ ਕਿ ਸਾਰੇ ਪਿੰਡ ਨੂੰ ਜਾਣੀ ਆਉਣੀ ਬਹੁਤ ਹੈਲਪ ਕੀਤੀ ਹਿਫਾਜ਼ਤ ਕੀਤੀ ਨਾ ਮਤਲਬ ਕੋਈ ਪਿੰਡ ਚ ਤਾਂ ਨਹੀਂ ਮਸਲਾ ਬਣਿਆ ਨਾ ਜੀ ਕੁਛ ਨਹੀਂ ਹੋਣ ਦਿੱਤਾ ਉਹਨੇ ਅੱਛਾ ਜੀ ਸਰਦਾਰਾਂ ਦਾ ਪਿੰਡ ਸੀ ਉਦੋਂ ਜਿਹੜੇ ਮੁਸਲਮਾਨ ਸੀ ਉਹ ਨਾਲ ਸਾਡੇ ਸੀਗੇ ਪਿਆਰ ਸੀ ਨਾ ਬਹੁਤ ਪਿਆਰ ਰਿਹਾ ਸਭ ਕੁਝ ਭਰੇ ਘਰ ਛੱਡ ਕੇ ਆ ਗਏ ਭਰੇ ਘਰ ਛੱਡ ਕੇ ਆਏ ਕੁਛ ਨਹੀਂ ਚੱਕਿਆ ਚੁੱਕਿਆ ਚੱਕਣ ਨੂੰ ਰੂਹ ਨਹੀਂ ਕੀਤੀ ਠੀਕ ਆ ਤੇ ਉਹ ਤੋਂ ਬਾਅਦ ਫਿਰ ਕਿੱਥੇ ਆਏ ਤੁਸੀਂ ਜਦੋਂ ਛੱਡ ਕੇ ਕਿੱਥੇ ਗਏ ਨਨਕਾਣਾ ਸਾਹਿਬ ਗਏ ਹਾਂ ਨਨਕਾਣਾ ਸਾਹਿਬ ਛੱਡ ਕੇ ਗਏ ਫਿਰ ਸਾਨੂੰ ਉੱਥੇ ਰਹਿਣਾ ਸੀਗਾ ਫਿਰ ਕਾਫਲੇ ਤੁਰੇ ਕਾਫਲੇ ਨਾਲ ਆਏ ਹਾਂ ਕਿੰਨੇ ਦਿਨ ਰਹੇ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਅਸੀਂ ਰਹੇ ਹਾਂ ਕੋਈ 1-2 ਮਹੀਨੇ ਰਹੇ ਹਾਂ ਅੱਛਾ ਤੇ ਜਿਹੜੇ ਮੇਰੇ ਦੋਏ ਭਰਾ ਸੀ ਪਰੇ ਸਰਦਾਰਾਂ ਦੇ ਪਿੰਡ ਸੀ ਸਿੱਖਾਂ ਦੇ ਉਹਨਾਂ ਨੂੰ ਉਹ ਜਿਹੜਾ ਸ਼ਾਹ ਸੀਗਾ ਉਹ ਛੱਡ ਗਿਆ ਸੀ ਉੱਥੇ ਅੱਛਾ ਜੀ ਦੋਏ ਮੇਰੇ ਭਰਾ ਜਿਹੜੇ ਬੜਾ ਸੀ ਤੇ ਛੋਟੇ ਤੇ ਬੜੇ ਉਹਨਾਂ ਨੂੰ ਉੱਥੇ ਜਿਹੜਾ ਸ਼ਾਹ ਸੀਗਾ ਨਹਿਰ ਟਪਾ ਕੇ ਉਹਨਾਂ ਪਿੰਡ ਛੱਡ ਕੇ ਗਿਆ ਸੀ ਕਿਹੜੇ ਪਿੰਡ ਜੀ ਦਿਰੀ ਵਾਲਦਾ ਸੀ ਉਹ ਅੱਛਾ ਨਹੀਂ ਕਿਹੜੇ ਪਿੰਡ ਛੱਡ ਕੇ ਗਿਆ ਜੀ ਮੈਨੂੰ ਯਾਦ ਨਹੀਂ ਉਹਨਾਂ ਅੱਛਾ ਠੀਕ ਆ ਕੋਈ ਗੱਲ ਨਹੀਂ ਨਾ ਜਿਹੜੇ ਸੈਣੀ ਦੇ 4-5 ਪਿੰਡ ਨਾ 7 ਜਗ 8 ਜਗ 9 ਜਗ ਉਹ 4-5 ਪਿੰਡ ਹਿੰਦੂਆਂ ਦੇ ਸੀਗੇ ਅੱਛਾ ਉੱਥੇ ਉਹ ਛੱਡ ਕੇ ਗਿਆ ਸੀ ਅੱਛਾ ਜਿਹੜੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਨਨਕਾਣਾ ਸਾਹਿਬ ਸੀਗੇ ਜਾਂ ਵੱਖਰੇ ਤੌਰ ਤੇ ਆਏ ਆ ਪਰਿਵਾਰ ਦੇ ਨਾਲ ਚੱਲ ਪਏ ਆ ਹਾਂਜੀ ਤੇ ਸਾਡੇ ਕੁਛ ਜਿਹੜੇ ਭਰਾ ਸੀਗੇ ਉੱਥੇ ਉਹ ਜੁਦੇ ਆਏ ਆ ਤੇ ਅਸੀਂ ਜੁਦੇ ਆਏ ਹਾਂ ਕਿਉਂ ਉੱਥੋਂ ਜੁਦੇ ਹੋ ਗਏ ਅਸੀਂ ਜੁਦੇ ਹੋ ਗਏ ਫਿਰ ਇਕੱਠੇ ਚੱਲ ਪਏ ਹਾਂ ਤੇ ਜਿਹੜਾ ਗਿਆਨੀ ਸੁੰਦਰ ਸਿੰਘ ਮੇਰੇ ਨਾਲ ਸੀਗਾ ਅੱਛਾ ਜੀ ਤੇ ਫਿਰ ਅੱਛਾ ਬਾਬਾ ਜੀ ਤੁਹਾਡੀ ਗੱਲ ਟੋਕਦੇ ਆ ਬਾਬਾ ਸੁੰਦਰ ਸਿੰਘ ਬਾਰੇ ਕੁਛ ਦੱਸਿਓ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਜ਼ਰੂਰ ਦੱਸਿਓ ਪਹਿਲਾਂ ਸੁੰਦਰ ਬਾਬਾ ਸੁੰਦਰ ਸਿੰਘ ਸਾਡੇ ਕੋਲ ਸੀ ਸਾਡਾ ਜਾਣੀ ਕਿ ਬਜ਼ੁਰਗਾਂ ਨਾਲ ਬਹੁਤ ਪਿਆਰ ਸੀ ਗਿਆਨੀ ਜੀ ਉਹਨੂੰ ਕਰਦਾ ਕਿਹੜਾ ਪਿੰਡ ਕਿਹੜੇ ਉਹ ਵੀ ਚੰਦਰਕੋਟ ਦੇ ਸੀਗੇ ਉਹ ਚੰਦਰਕੋਟ ਦੇ ਰਹਿੰਦਾ ਸੀ ਤੇ ਉਹ ਅੱਖਾਂ ਤੋਂ ਦੀਦਾ ਨਹੀਂ ਸੀ ਨਾ ਉਹਨਾਂ ਅੱਖਾਂ ਤੋਂ ਦੀਦਾ ਨਹੀਂ ਸੀ ਅੱਛਾ ਜੀ ਹਾਂ ਤੇ ਗੁਰਦੁਆਰੇ ਸਾਹਿਬ ਦੇ ਪਾਠੀ ਗੁਰਦੁਆਰੇ ਦੇ ਸਾਹਿਬ ਦੇ ਪਾਠੀ ਸੀਗੇ ਉਹ ਤੇ ਉਹ ਜਿਹੜਾ ਸੁੰਦਰ ਸਿੰਘ ਸੀ ਮੈਨੂੰ ਸਾਰਾ ਪਤਾ ਉਹ ਪਹਿਲਾਂ ਗਿਆਨੀ ਨਹੀਂ ਸੀਗਾ ਉਹ ਇੱਕ ਭਾਈ ਭਗਵਾਨ ਸਿੰਘ ਹੁੰਦਾ ਸੀਗਾ ਉਹ ਝੱਜਾਂ ਦਾ ਸੀਗਾ ਹੁਣ ਫਿਰ ਉਹ ਲੋਕਾਂ ਦੇ ਪੱਠੇ ਕੁਤਰਦਾ ਹੁੰਦਾ ਸੀ ਗਿਆਨੀ ਸੁੰਦਰ ਸਿੰਘ ਤਾਂ ਰੋਟੀ ਖਾਂਦਾ ਸੀ ਨਹੀਂ ਤਾਂ ਨਾਲੇ ਉਹਦੀ ਨਿਗਾਹ ਨਹੀਂ ਸੀ ਉਹਨਾਂ ਦੀ ਨਿਗਾਹ ਨਹੀਂ ਸੀ ਬਹੁਤ ਤਕੜਾ ਸੀ ਅੱਛਾ ਜੀ ਫਿਰ ਉਹ ਇੱਕ ਭਾਈ ਭਗਵਾਨ ਸਿੰਘ ਸੀ ਝੱਜਾਂ ਦਾ ਉਹਨੂੰ ਪੜਾਇਆ ਅੱਛਾ ਜੀ ਪੜਾ ਕੇ ਉਹਨੂੰ ਮਹਾਰਾਜ ਜੀ ਸਾਰੀ ਬਾਣੀ ਸੁਣਾਇਆ ਜੀ ਗੁਰੂ ਗ੍ਰੰਥ ਸਾਹਿਬ ਸਿਖਾਇਆ ਨਾ ਸਾਰਾ ਗੁਰੂ ਗ੍ਰੰਥ ਸਾਹਿਬ ਮੂੰਹ ਜਵਾਨੀ ਬਈ ਉਹਨੂੰ ਚਲਾ ਦਿੱਤਾ ਠੀਕ ਆ ਅੰਦਰ ਲੋ ਸੀ ਉਹਦੇ ਹਾਂ ਸਿੱਖਣ ਦੀ ਚਾਹ ਹਾਂ ਚਾਹ ਸੀ ਤੇ ਉਹ ਫਿਰ ਗੁਰਦੁਆਰੇ ਸੇਵਾ ਕਰਦਾ ਰਿਹਾ ਅੱਛਾ ਜੀ ਮਤਲਬ ਸਵੇਰੇ ਸ਼ਾਮ ਡਿਊਟੀ ਉਹਨਾਂ ਦੀ ਉੱਥੇ ਡਿਊਟੀ ਅੱਛਾ ਜੀ ਗੁਰਦੁਆਰੇ ਉਹ ਗਿਆਨੀ ਜੀ ਦੁਆਦਾਰੇ ਵੀ ਦੇਣਾ ਉਹਨੂੰ
ਗਿਆਨੀ ਮੇਰੇ ਨਾਲ ਸੀਗਾ। ਅੱਛਾ ਤੇ ਗਿਆਨੀ ਮਤਲਬ ਤੁਹਾਡੇ ਨਾਲ ਆਏ ਹੋ? ਹਾਂ, ਮੇਰੀ ਗਿਆਨੀ ਮੇਰੇ ਨਾਲ ਆਇਆ। ਅੱਛਾ, ਬਹੁਤ ਪਿਆਰ ਸੀ ਮੇਰੇ ਨਾਲ, ਮੈਂ ਛੋਟਾ ਜਿਹਾ ਸੀ, 15 ਸਾਲ ਦਾ ਹੋਊ ਜੇ 10 ਸਾਲ ਦਾ ਹੋਊ, ਇੰਨੇ ਕੁ ਦਾ ਸੀਗਾ ਮੈਂ, ਸੁਰਤ ਸੀਗੀ ਮੈਨੂੰ। ਤੇ ਗਿਆਨੀ ਆਪਣੀ ਬਹੁਤ ਸਾਡੇ ਨਾਲ ਪਿਆਰ ਕਰਦਾ ਸੀ, ਉਹ ਸਾਡੇ ਮੇਰੇ ਨਾਲ ਆਇਆ। ਤੇ ਯਾਰ ਨਾਲ ਆਇਆ, ਫਿਰ ਮਿਲਟਰੀ ਨੇ ਸਾਨੂੰ ਨਾ ਮਿਲਟਰੀ ਜਿਹੜੀ ਗੋਰਖਾ ਮਿਲਟਰੀ ਕੋਲ ਸਿੱਖ ਮਿਲਟਰੀ ਸੀਗੀ, ਹਾਂਜੀ, ਲਈ ਆਉਂਦੇ ਨਨਕਾਣਾ ਸਾਹਿਬ ਤੋਂ। ਤੇ ਸਾਨੂੰ ਫਿਰ ਉਹਨੇ ਦੇਖਿਆ, ਤਰਸ ਕੀਤਾ ਸਾਡੇ ਤੇ, ਇਹ ਬਜ਼ੁਰਗ ਆ, ਇਹ ਤੁਰਿਆ ਆ, ਦੇਖ ਛੋਟਾ ਜਿਹਾ ਬਾਲਕਾ, ਉਹਨੂੰ ਮੋਢੇ ਤੇ ਲਾਇਆ, ਮੋਢੇ ਹੱਥ ਰੱਖਿਆ, ਹਾਂ, ਸਾਨੂੰ ਬੜੀ ਚਾਨ ਹੋਣੀ, ਬੱਸ 'ਚ ਬਹਾਲ ਲਿਆ। ਅੱਛਾ ਬਜ਼ੁਰਗ, ਜਿਹੜੇ ਤੁਹਾਡੇ, ਮੈਂ ਗੱਡੀ 'ਚ ਗੱਲ ਟੋਕਦਾ, ਜਿਹੜੇ ਤੁਹਾਡਾ ਪਰਿਵਾਰ ਸੀਗਾ, ਤੁਹਾਡੇ ਭਰਾ ਜਾਂ ਤੁਹਾਡੇ ਮਾਤਾ ਪਿਤਾ ਨਾ, ਉਹ ਵੱਖਰੇ ਆਏ ਆ ਤਾਂ ਤੁਸੀਂ ਵੱਖਰੇ ਆਏ ਨਨਕਾਣਾ ਸਾਹਿਬ ਤੋਂ? ਨਹੀਂ, ਇਕੱਠੇ ਪਹਿਲਾਂ ਚੱਲ ਪਏ ਇਕੱਠੇ ਹੀ, ਹਾਂਜੀ, ਤਾਂ ਤੁਰੇ ਆਉਂਦੇ ਹਾਂ, ਤੁਰੇ ਆਉਂਦੇ ਹਾਂ। ਅਤੇ ਗਿਆਨੀ ਜਿਹੜੇ ਸੀ, ਮੈਂ ਮੋਢੇ ਮੇਰੇ ਜੁਦਿਆ ਨਾਲ ਹੀ ਤੁਰੇ ਹੋਈ, ਨਾਲ ਹੀ ਮਿਲਟਰੀ ਵਾਲਿਆਂ ਨੇ ਸਾਨੂੰ ਬਹਾੜ ਲਿਆ, ਤਰਸ ਸਾਡੇ ਤੇ ਕੀਤਾ, ਵੀ ਬਜ਼ੁਰਗ ਨੂੰ ਕਿੱਧਰ ਦੀਦਾ ਨੀ ਗਾ, ਇਹ ਨਿਆਣਾ ਆ, ਤੇ ਸਾਨੂੰ ਬਹਾੜਿਆ ਉਹਨੂੰ ਖੁਸ਼ੀ ਨਾਲ, ਠੀਕ ਹੈ, ਤੁਹਾਨੂੰ ਛੱਡ ਜਾਂਦੇ ਆ, ਸਾਨੂੰ ਉੱਥੇ ਛੱਡ ਗਿਆ, ਫਿਰੋਜ਼ਪੁਰ ਆ ਕੇ ਧਾਰ ਦਿੱਤਾ, ਫਿਰੋਜ਼ਪੁਰ ਬੱਲੋ ਦੇ ਹੈਡ ਦੇ, ਬੱਲੋ ਦੇ ਹੈਡ ਦੇ। ਅੱਛਾ ਜੀ, ਬੱਲੋ ਦੇ ਹੈਡ ਦੇ ਕਾਹਨੂੰ, ਬੱਲੋ ਸਾਈਡ ਤੇ ਸਾਨੂੰ ਇੱਕ ਮਕਾਨ ਦੇ ਗਏ, ਪਰਿਵਾਰ ਸਾਡਾ ਮਗਰ ਹੋਣਾ ਸੀ, ਅਸੀਂ ਬੱਸ ਚ ਆ ਗਏ। ਅੱਛਾ, ਤੁਸੀਂ ਪਹਿਲਾਂ ਹੀ ਆ ਗਏ ਨਾ? ਪਹਿਲਾਂ ਆ ਗਏ, 4-5 ਦਿਨ ਉਹ ਹੌਲੀ ਹੌਲੀ ਆਏ, ਠੀਕ ਆ, ਅਸੀਂ ਪਹਿਲਾਂ ਆ ਗਏ, ਠੀਕ ਆ। ਫਿਰ ਉਹ ਗਿਆਨੀ ਜਿਹੜਾ ਸੀ ਸੁੰਦਰ ਸੋਮ, ਬਹੁਤ ਵਿਦਵਾਨ ਸੀ, ਉਹਨਾਂ ਨੇ ਜਾਣੀ ਬਾਣੀ ਮੂੰਹ ਜਵਾਰ ਪੜ੍ਹਨੀ। ਬਾਬੂ, ਜਦੋਂ ਉੱਥੋਂ ਤੁਰੇ ਆ ਨਾ ਫਿਰੋਜ਼ਪੁਰ ਤੋਂ, ਉਹ ਕਿੱਦਾਂ ਉੱਠੇ ਉੱਥੋਂ ਫਿਰੋਜ਼ਪੁਰ, ਉਹ ਕਿੱਦਾਂ ਤੁਰੇ, ਕਿਉਂਕਿ ਤੁਹਾਡਾ ਪਰਿਵਾਰ ਤਾਂ ਪਿੱਛੇ ਸੀਗਾ ਹੈ ਨਾ? ਫਿਰੋਜ਼ਪੁਰ ਦਾ ਸੀ, ਬਹੁਤ ਸਾਡੇ ਨਾਲ ਲੋਕ ਪਿਆਰ ਕਰਦੇ ਸੀ, ਵਿਦਵਾਨ ਸੀ ਨਾ ਉਹ ਗਿਆਨੀ, ਹਾਂਜੀ, ਅਤੇ ਰੋਟੀ ਪਾਣੀ ਸਾਨੂੰ ਦੇ ਜਾਣਾ, ਉਹਨਾਂ ਨੇ ਕਹਿੰਦਾ ਤੁਹਾਨੂੰ ਜਾਣ ਨਹੀਂ ਦੇਣਾ, ਤੁਹਾਨੂੰ ਮੰਦਰ ਬਣਾਉਣਾ, ਤੁਹਾਨੂੰ ਗੁਰਦੁਆਰਾ ਬਣਾ ਦਿੰਦੇ ਹਾਂ, ਜੋ ਕਹੋ ਚੀਜ਼, ਬੱਚਾ ਵੀ ਰਹੂਗਾ ਤੇਰੇ ਕੋਲ, ਤੂੰ ਵੀ ਇੱਥੇ ਰਹੇਗਾ, ਬਹੁਤ ਪਿਆਰ ਕਰਦੇ ਸੀ ਫਿਰੋਜ਼ਪੁਰ ਦੇ। ਫਿਰ ਜਿਹੜੇ ਹੜ੍ਹ ਆਇਆ, ਤੇ ਉਹ ਫਿਰ ਸਾਨੂੰ ਕਹਿਣ ਲੱਗੇ ਵੀ ਹੜ੍ਹ ਆ ਗਿਆ ਹੁਣ, ਬਈ ਤੁਸੀਂ ਵੀ ਚਲੇ ਚਲੋ, ਅਸੀਂ ਵੀ ਚਲੇ ਚੱਲਦੇ ਹਾਂ। ਅਤੇ ਫਿਰ ਅਸੀਂ ਚੱਲ ਪਏ ਹਾਂ, ਅਤੇ ਚੱਲ ਗਏ, ਅਤੇ ਫਿਰ ਇੱਧਰ ਫਰੀਦਕੋਟ ਵੱਲ ਦੀ, ਫਿਰ ਅਸੀਂ ਫਰੀਦਕੋਟ ਵੱਲ ਨੂੰ ਆਏ, ਠੀਕ ਆ। ਮਤਲਬ ਪਰਿਵਾਰ ਤੁਹਾਡਾ ਪਿੱਛੇ ਰਹਿ ਗਿਆ ਤੁਸੀਂ? ਬਾਬਾ ਪਰਿਵਾਰ ਮਿਲਿਆ ਨਹੀਂ ਸਾਨੂੰ, ਬਾਬਾ ਸੁੰਦਰ ਸਿੰਘ ਦੇ ਨਾਲ ਸਾਨੂੰ, ਬਾਬਾ ਹੀ ਮੇਰੇ ਨਾਲ ਰਿਹਾ। ਅੱਛਾ, ਠੀਕ ਆ, ਬਾਬਾ ਹੀ ਰਿਹਾ, ਪਰਿਵਾਰ ਦਾ ਵਿਛੜ ਗਿਆ, ਮੈਨੂੰ ਮਿਲਿਆ ਹੀ ਨਹੀਂ ਸਾਨੂੰ ਉੱਥੇ। ਅੱਛਾ ਜੀ, ਫਿਰੋਜ਼ਪੁਰ ਵੀ ਨਹੀਂ ਮਿਲਿਆ ਸਾਨੂੰ, ਮਿਲਿਆ ਨਹੀਂ, ਜਦ ਗਿਆ ਫੌਜ ਨੇ ਸਾਨੂੰ ਉਦੋਂ ਨੇ ਮਿਲਟਰੀ ਵਾਲੇ ਚੜਾ ਲਿਆ, ਠੀਕ ਆ। ਅਤੇ ਫਿਰ ਅਸੀਂ ਉਹ ਗਿਆਨੀ ਮੇਰੇ ਨਾਲ ਸੀ, ਅਸੀਂ ਫਰੀਦਕੋਟ ਵੱਲ ਨੂੰ ਗਏ ਹਾਂ, ਹੜ੍ਹ ਜੋ ਆ ਗਿਆ ਇੱਧਰੋਂ, ਆਪਣੇ ਜਿਹੜਾ ਜਿਹੜਾ ਤੁਹਾਨੂੰ ਦੱਸਿਆ, ਹਾਂਜੀ ਹਾਂਜੀ, ਉੱਥੇ ਹੜ੍ਹ ਆ ਗਿਆ, ਹੜ੍ਹ ਦੇ ਨਾਲ ਦੁਨੀਆਂ ਵੀ ਕਹਿਣ ਲੱਗੀ ਚਲੋ ਅਸੀਂ ਤੁਰ ਪਏ ਹਾਂ, ਜਾਂ ਤੁਰੇ ਆਉਂਦੇ ਹਾਂ, ਤੁਰੇ ਆਉਂਦੇ ਹਾਂ। ਅਤੇ ਮੈਂ ਫਿਰ ਨਾਲ ਹੋਰ ਵੀ ਸਾਡੇ ਸੀਗੇ ਬੰਦੇ, ਉਹਨਾਂ ਕੋਲ ਪੈਸੇ ਸੀਗੇ, ਉਹ ਚੜ੍ਹ ਗਏ, ਅਤੇ ਮੈਂ ਛੋਟਾ ਜਿਹਾ ਸੀ, ਮੈਂ ਰੋਣ ਲੱਗ ਪਿਆ। ਅੱਛਾ, ਅਤੇ ਬਾਬਾ ਜੀ ਕਹਿੰਦੇ ਕਾਹਨੂੰ ਰੋਣਾ, ਅਸੀਂ ਵੀ ਚਲੇ ਜਾਣਾ, ਅਸੀਂ ਬੇਜੀ ਤੁਰ ਪਏ, ਤੁਰ ਪਏ, ਅਤੇ ਜਿਹੜਾ ਸੀਗਾ ਡਰਾਈਵਰ, ਉਹਨੇ ਕਿਹਾ ਕਾਕਾ ਤੇ ਰੋਂਦਾ, ਕਹਿੰਦਾ ਜੀ ਨਾਲ ਦੇ ਹੋਰ ਦੁਨੀਆਂ ਚੜ੍ਹ ਗਈ, ਸਾਡੇ ਕੋਲ ਪੈਸਾ ਕੋਈ ਨਹੀਂ। ਅੱਛਾ, ਉਹ ਡਰਾਈਵਰ ਕਹਿੰਦੇ ਚੜ੍ਹੋ ਉੱਤੇ, ਪੈਸਾ ਕਿਉਂ ਨਹੀਂ, ਨਾ ਸਹੀ, ਚੜ੍ਹੋ ਤੁਸੀਂ। ਉਹ ਕਲਿੰਡਰ ਕਹਿੰਦਾ ਉਤਰ, ਕਹਿੰਦਾ ਨਾ ਉਤਰਨਾ, ਤਾੜੀ ਨਾ, ਇਹਨਾਂ ਕੋਲ ਪੈਸਾ ਨਹੀਂ, ਇਹਨਾਂ ਕੋਲ ਉਜੜ ਕੇ ਆਏ ਆਏ। ਅਤੇ ਬਾਬੀ ਹੋਣੀ ਮੇਰੇ ਨਾਲ ਸੀ, ਜਿਹਦੇ ਮਹਾਰਾਜ ਦੀ ਨਾਲ ਬੜੀ ਪਿਆਰ ਸੀਗਾ, ਜਿੱਥੇ ਵੀ ਚਲੇ ਜਾਂਦੇ ਸੀਗੇ ਮਹਾਰਾਜ, ਬਹੁਤ ਸੁੰਦਰ ਸੋਂ ਮੇਰੇ ਨਾਲ ਆਇਆ, ਬਹੁਤ ਪਿਆਰ ਨਾਲ। ਫਿਰ ਆਉਂਦੇ ਅਸੀਂ ਆਏ ਹਾਂ, ਅਤੇ ਫਰੀਦਕੋਟੋਂ ਫਿਰ ਅਸੀਂ ਆਏ ਹਾਂ ਫਗਵਾੜੇ, ਫਗਵਾੜੇ ਆਏ ਹਾਂ, ਅਤੇ ਫਗਵਾੜੇ ਇੱਥੇ ਆਪਣੇ ਸੀਗੇ ਫਗਵਾੜੇ ਭੋਲੇ ਚੱਕ ਦੇ ਸੁੰਦਰ ਇੰਦਰ। ਅੱਛਾ, ਉਹ ਮੁੰਡੇ ਦੇ ਸੀਗੇ, ਮੈਂ ਕਿਹਾ ਬਾਬਾ ਜੀ ਉਹ ਸੁੰਦਰ ਨੁੰਦਰ ਹੋਣੀ ਆ, ਮੈਂ ਉਹਨਾਂ ਨੂੰ ਜਾਣਨਾ। ਕਹਿੰਦਾ ਜਾ, ਦੌੜ ਕੇ ਜਾ ਫਿਰ। ਮੈਂ ਕਿਹਾ ਬਾਬਾ ਜੀ ਤੁਸੀਂ ਇੱਥੇ ਖੜ੍ਹੇ ਹੋਵੋ, ਮੈਂ ਜਾਣਾ। ਜਦੋਂ ਮੈਂ ਗਿਆ, ਅਤੇ ਮੈਂ ਕਿਹਾ ਸੁੰਦਰ, ਮੈਂ ਕਿਹਾ ਬਾਬਾ ਜੀ ਮੇਰੇ ਨਾਲ ਆ, ਅਸੀਂ ਉੱਧਰ ਇਕੱਲੇ ਹਾਂ ਅਸੀਂ। ਕਹਿੰਦਾ ਆ ਜਾਓ ਫਿਰ। ਉਹਨਾਂ ਕੋਲ ਗੱਡੀ ਸੀ ਬੋਲਦਾਂ ਵਾਲੀ, ਬਹੁਤ ਭਾਰੀ ਸੀਗੀ, ਉਹ ਸਾਨੂੰ ਉਹਨੇ ਗੱਡੀ 'ਤੇ ਬਹਾੜ ਲਿਆ। ਫਿਰ ਉਹਨਾਂ ਦੇ ਪਿੰਡ ਆਏ ਰਾਤ, ਅੱਛਾ, ਰਹੇ, ਅਤੇ ਉੱਥੋਂ ਫਿਰ ਅਸੀਂ ਤੁਰ ਪਏ ਆਪਣੇ ਹੁਸ਼ਿਆਰਪੁਰ ਨੂੰ ਆਏ ਹੌਲੀ ਹੌਲੀ। ਹੁਸ਼ਿਆਰਪੁਰ ਨੂੰ ਆਏ ਹਾਂ, ਅਤੇ ਉੱਥੇ ਫਿਰ ਮਹਿੰਦੀਪੁਰ ਖੁਣਖਣਾਂ ਦੇ ਬੰਦੇ ਸੀਗੇ, ਸਾਡੇ ਪਿੰਡ ਦੇ ਹੀ ਸੀਗੇ ਉਹ। ਅੱਛਾ, ਉਹਨਾਂ ਨੇ ਮਿਲਾਪ ਹੋ ਗਿਆ, ਉਹ ਕਹਿੰਦੇ ਵੀ ਮੈਂ ਕਿਹਾ ਗਿਆਨੀ ਜੀ ਤੁਸੀਂ ਅਟਕੋ, ਮੈਂ ਉਹ ਆ ਗਿਆ ਸਾਡੇ ਬੰਦੇ, ਉਹ ਆਪਣੇ ਗੁਰਬਚਨ ਤੋਂ ਹੋਣੀ ਆ ਅਤੇ ਕਰਤਾਰ ਤੋਂ,
ਤੇ ਕਹਿੰਦਾ ਦੌੜ ਕੇ ਜਾ ਮੈਂ ਕਿਹਾ ਸਾਡੇ ਨਾਲ ਮੈਂ ਕਿਹਾ ਬਾਬਾ ਆ ਤੁਸੀਂ ਕਹਿੰਦਾ ਅੱਛਾ ਅੱਛਾ ਆ ਜਾਓ ਜੇ ਤੁਸੀਂ ਆ ਗਏ ਆ ਬੜੇ ਸਾਨੂੰ ਬੜੇ ਚਾਅ ਨਾਲ ਬੁਲਾਇਆ ਤੇ ਫਿਰ ਅਸੀਂ ਮਹਿੰਦੇ ਪਰ ਖੁਣਖੁਣੀ ਆ ਗਏ ਖੁਣਖਣਾ ਤਾਂ ਬਾਪੂ ਜੀ ਬਾਅਦ ਫਿਰ ਕਿੱਥੇ ਗਏ ਖੁਣਖਣੇ ਦੇ ਬਾਅਦ ਫਿਰ ਅਸੀਂ ਉਹਨਾਂ ਕੋਲ ਕਈ ਦਿਨ ਰਹੇ ਅੱਛਾ ਜੀ ਕੋਈ ਪਿਛੜੇ ਆਏ ਸੀ ਥੱਕੇ ਹੋ ਸੀਗੇ ਹਾਂ ਬੰਦੇ ਘੜਦੇ ਮਿਲ ਪਏ ਹਾਂ ਫਿਰ ਉਹ ਨਾ ਬਾਬਾ ਜੀ ਹਰਿਆਣੇ ਗਏ ਅੱਛਾ ਜੀ ਉਹ ਕਹਿੰਦੇ ਨਾ ਆਪਣੇ ਕਹਿੰਦੇ ਵੀ ਦਵਾਈ ਦਵੂਈ ਗਿਆ ਉਹਨੂੰ ਕਹਿੰਦੇ ਬਣਾ ਦੇ ਸਾਨੂੰ ਮੈਨੂੰ ਕਹਿੰਦੇ ਤੂੰ ਕਾਕਾ ਇੱਥੇ ਰਹਿ ਅਤੇ ਮੈਨੂੰ ਇਹ ਨਾਲ ਲੈ ਜਾਂਦੇ ਕਹਿੰਦੇ ਦਵਾਈਆਂ ਲਿਆਉਣੀਆਂ ਉੱਥੋਂ ਜਾ ਕੇ ਨਾ ਬੂਟੀਆਂ ਬਾਟੀਆਂ ਲੈ ਰਿਆਣੇ ਹੋ ਅਤੇ ਫਿਰ ਬੂਟੀਆਂ ਬਾਟੀਆਂ ਦਵਾਈਆਂ ਬਣਾ ਕੇ ਦਿੱਤੀਆਂ ਠੀਕ ਆ ਹੈਂ ਬੂਟੀਆਂ ਬਾਟੀਆਂ ਲਿਆ ਕੇ ਦਵਾਈਆਂ ਲਿਆ ਕੇ ਦਿੱਤੀਆਂ ਦਵਾਈਆਂ ਦੇ ਬਹੁਤ ਕਾਰੀਗਰ ਸੀਗੇ ਉਹ ਬਾਬੇ ਹੋਣੀ ਸੁੰਦਰ ਸਿੰਘ ਹਾਂਜੀ ਅਤੇ ਫਿਰ ਦਵਾਈਆਂ ਦਿੱਤੀਆਂ ਬਾਅਦ ਫਿਰ ਮੈਨੂੰ ਕਹਿੰਦੇ ਚੱਲ ਤੈਨੂੰ ਕਾਕਾ ਪਿੰਡ ਛੱਡਿਆ ਵਾਂ ਅਤੇ ਮੈਂ ਤਾਂ ਕਹਿੰਦੇ ਹਰਿਆਣੇ ਦੇ ਲੋਕ ਬਹੁਤ ਪਿਆਰ ਕਰਦੇ ਆ ਸੈਣੀਆਂ ਦੇ ਪਿੰਡ ਆ ਇੱਧਰਲੇ ਪਾਸੇ ਆ ਚੌਕ ਦੇ ਕੰਢੇ ਗੁਰਦੁਆਰਾ ਮੈਂ ਇੱਥੇ ਰਹਿ ਪੈਣਾ ਆ ਅਤੇ ਤੈਨੂੰ ਮੈਂ ਘਰ ਛੱਡਿਆ ਵਾਂ ਮੈਂ ਕਿਹਾ ਦੇਖ ਚੰਗਾ ਜੀ ਬਾਬਾ ਜੀ ਛੱਡਿਆ ਵੋ ਅਤੇ ਫਿਰ ਮੈਨੂੰ ਉਹ ਬਾਬਾ ਜੀ ਇੱਥੇ ਨੂੰ ਲੈ ਆਏ ਆ ਅਤੇ ਇੱਥੇ ਲੈ ਆਏ ਅਤੇ ਮੇਰੀ ਮਾਤਾ ਨੂੰ ਕਹਿੰਦੇ ਵੀ ਲੈ ਤੇਰਾ ਮੁੰਡਾ ਆ ਗਿਆ ਸਾਂਭਲਾ ਸਾਂਭਲਾ ਅੱਛਾ ਅਤੇ ਫਿਰ ਚਲੇ ਗਏ ਅਤੇ ਮਾਤਾ ਮੇਰੀ ਨੇ ਫਿਰ ਕਹਿੰਦੇ ਬਾਬਾ ਜੀ ਰਹੋ ਫਿਰ ਦੋ ਚਾਰ ਦਿਨ ਰਹੇ ਬਾਬੇ ਹੋਣੀ ਅਤੇ ਉਦੋਂ ਬਾਅਦ ਫਿਰ ਮੇਰਾ ਬੜਾ ਭਰਾ ਫਿਰ ਉਹਨਾਂ ਨੂੰ ਛੱਡਿਆ ਆ ਹਰਿਆਣੇ ਹਰਿਆਣੇ ਛੱਡਿਆ ਆ ਅਤੇ ਬਾਅਦ ਫਿਰ ਬਾਬਾ ਜੀ ਮਿਲਣ ਮੈਨੂੰ ਆਉਂਦੇ ਰਹੇ ਆ ਬਹੁਤ ਪਿਆਰ ਕਰਦੇ ਰਹੇ ਆ ਅਤੇ ਮੈਨੂੰ ਕਹਿੰਦੇ ਬਾਬਾ ਜੀ ਇੱਥੇ ਆ ਜਾਓ ਇੱਥੇ ਆ ਜਾਓ ਅਤੇ ਮੈਂ ਕਿਹਾ ਵੀ ਚੰਗਾ ਮੈਂ ਫਿਰ ਰੂਹ ਹੌਲਾ ਸੀਗਾ ਛੋਟਾ ਫਿਰ ਮਾਪਿਆਂ 'ਚ ਰੂਹ ਹੋ ਜਿੱਦਾਂ ਨਿਆਣਿਆਂ ਦਾ ਪਤਾ ਹੀ ਹੁੰਦਾ ਨਿਆਣੇ ਦੀ ਰੂਹ ਇੱਦਾਂ ਦੀ ਹੁੰਦੀ ਆ ਅਤੇ ਫਿਰ ਮੈਂ ਇੱਥੇ ਰਿਹਾ ਅਤੇ ਮੈਂ ਬਾਬਾ ਜੀ ਨੂੰ ਮਿਲਣ ਜਾਂਦਾ ਰਿਹਾ ਸੁੰਦਰ ਸੋਨੂੰ ਅੱਛਾ ਬਹੁਤ ਪਿਆਰ ਕਰਦੇ ਰਹੇ ਬਾਬਾ ਜੀ ਹੋਣੀ ਹਾਂ ਠੀਕ ਆ ਚੰਦਰਕੋਟ ਵੀ ਇੱਦਾਂ ਹੀ ਬਹੁਤ ਪਿਆਰ ਕਰਦੇ ਰਹੇ ਸਾਡੇ ਨਾਲ ਮਤਲਬ ਵਧੀਆ ਇਨਸਾਨ ਉਹਦੀਆਂ ਯਾਦਾਂ ਚੇਤੇ ਰਹਿੰਦੀਆਂ ਯਾਦਾਂ ਉਹਦੀਆਂ ਬਹੁਤ ਦੀ ਯਾਦਾਂ ਉਹਦਾ ਗੁਰਦੁਆਰਾ ਵੀ ਬਣਿਆ ਆ ਫਿਰ ਜਿਹੜੇ ਬਾਬਾ ਜੀ ਪਤਾ ਲੱਗਾ ਵੀ ਬਾਬਾ ਜੀ ਗੁਜ਼ਰ ਗਏ ਆ ਅਤੇ ਫਿਰ ਮੈਂ ਕਿਹਾ ਵੀ ਮੈਂ ਘਰ ਦੀ ਨੂੰ ਆਪਣੀ ਨੂੰ ਕਹਿੰਦਾ ਵੀ ਬਾਬਾ ਜੀ ਉਹਨਾਂ ਦੀ ਆਈ ਹੈ ਫੋਟੋ ਟੀ ਵੀ 'ਚ ਅੱਛਾ ਮੈਂ ਹਰਿਆਣੇ ਨੂੰ ਜਾਣਾ ਹੈਂ ਬਾਬਾ ਜੀ ਗੁਜ਼ਰ ਗਏ ਆ ਅਤੇ ਮੈਂ ਉਹ ਫਿਰ ਉੱਥੇ ਹਰਿਆਣੇ ਗਿਆ ਅਤੇ ਹਰਿਆਣੇ ਜਿਹੜੇ ਮੈਂ ਗਿਆ ਅਤੇ ਉੱਥੇ ਖੰਡ ਪਾਠ ਤੋਂ ਖੁੱਲ੍ਹਾ ਆ ਅੱਛਾ ਜਿਹੜਾ ਹੁਣ ਉਹ ਬਾਬੇ ਦੇ ਨਾ ਉੱਥੇ ਗੁਰਦੁਆਰਾ ਆ ਉੱਥੇ ਜਿਹੜਾ ਮਹਾਂਦੋਨੀ ਕੋ ਬਣਾਇਆ ਉਹ ਉਹਨੇ ਜਾਣੀ ਕਿ ਉੱਥੇ ਹੋਰ ਸਿੱਖ ਸੁੱਖ ਬਹੁਤ ਆਏ ਉਹ ਬੰਦੇ ਅਤੇ ਦੁਨੀਆਂ ਦਾ ਕੋਈ ਪਤਾ ਨਹੀਂ ਅਤੇ ਫਿਰ ਮੈਂ ਉੱਥੇ ਦੇਖਿਆ ਅਤੇ ਉਹ ਉੱਥੇ ਮੈਂ ਬਹਿ ਗਿਆ ਅਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਬਾਬੇ ਸੁੰਦਰ ਸਿੰਘ ਦਾ ਗੁਰਦੁਆਰਾ ਵੀ ਹੈਗਾ ਮੈਂ ਵੀ ਉਹ ਗੁਰਦੁਆਰਾ ਸਾਹਿਬ ਆਇਆ ਉਹ ਬੰਦੇ ਉੱਥੇ ਪੰਚਾਇਤ ਵਾਲੇ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਵੀ ਉਹ ਉੱਥੇ ਖੰਡ ਪਾਠ ਉੱਥੇ ਖੁੱਲ੍ਹਾ ਆ ਅਤੇ ਤੁਸੀਂ ਇੱਥੇ ਬੈਠੇ ਹਾਂ ਕਹਿੰਦੇ ਅਸੀਂ ਉਹਨੂੰ ਬਣ ਨਹੀਂ ਦਿੰਦੇ ਜਿਹੜਾ ਹੁਣ ਮਹੰਤ ਹੁਣ ਬਣਾਇਆ ਨਾ ਗੁਰਦੁਆਰੇ ਉਹਨੂੰ ਬਣ ਦਿੰਦੇ ਸਾਨੂੰ ਪੰਚਾਇਤ ਨੇ ਸਾਡਾ ਪੰਚਾਇਤ ਦਾ ਆਇਆ ਗੁਰਦੁਆਰਾ ਪੰਚਾਇਤ ਦੇ ਅੰਡਰ ਵਾ ਅਸੀਂ ਨਹੀਂ ਹੁਣ ਤਾਂ ਅਸੀਂ ਬਣ ਨਹੀਂ ਅਸੀਂ ਦਿੱਤਾ ਤਾਂ ਉੱਥੇ ਖੰਡ ਪਾਠ ਖੋਲ੍ਹਿਆ ਮੈਂ ਕਿਹਾ ਬਾਬਾ ਜੀ ਇੱਦਾਂ ਤੁਸੀਂ ਤਾਂ ਇੱਦਾਂ ਕੀਤੀ ਆ ਨਨਕਾਣਾ ਸਾਹਿਬ ਜਿੱਦਾਂ ਬਾਬਾ ਨਾਨਕ ਸੀਗਾ ਉਹਦੀ ਚਾਦਰ ਇਹਦੀ ਮੁਸਲਮਾਨਾਂ ਨੇ ਲੈ ਲਈ ਇਹਦੀ ਸਿੱਖਾਂ ਨੇ ਹਿੰਦੂਆਂ ਨੇ ਲੈ ਲਈ ਸੀ ਉਹ ਤੁਸੀਂ ਸਾਡੇ ਬਾਬੇ ਦਾ ਕੰਮ ਕੀਤਾ ਉਹ ਇਹਦੀ ਚਾਦਰ ਤੁਸੀਂ ਲੈ ਲਈ ਇਹਦੀ ਉਹਨੇ ਲੈ ਲਈ ਉੱਧਰ ਮੈਂ ਕਿਹਾ ਉਹਨੇ ਖੰਡ ਪਾਠ ਖੋਲ੍ਹਿਆ ਇੱਧਰ ਤੁਸੀਂ ਇੱਧਰ ਆਪਣੇ ਖੰਡ ਪਾਠ ਚੱਲਦਾ ਆ ਫਿਰ ਮੈਂ ਬਾਬਾ ਤਾਂ ਸਾਡਾ ਸੀ ਅਤੇ ਅਸੀਂ ਹੁਣ ਬਾਬੇ ਦੇ ਕੋਲ ਆਉਂਦੇ ਜਾਂਦੇ ਸੀ ਅਤੇ ਬਾਬਾ ਇਹਨਾਂ ਨੇ ਸਾਂਭ ਲਿਆ ਮੈਂ ਬਾਪੂ ਜੀ ਤੁਸੀਂ ਫਿਰ ਜਦੋਂ ਉੱਧਰੋਂ ਆਏ ਆ ਨਾ ਅਤੇ ਇਹ ਪਿੰਡ ਜਿਹੜਾ ਝੋਜੜਾਂ ਜ਼ਿਲ੍ਹਾ ਹੁਸ਼ਿਆਰਪੁਰ 'ਚ ਇੱਥੇ ਤੁਹਾਡਾ ਬਜ਼ੁਰਗ ਸਿੱਧੇ ਆਏ ਹੈ ਨਾ ਤੁਹਾਡੇ ਮਤਲਬ ਇੱਥੇ ਅਲਾਟਮੈਂਟ ਹੋਈ ਜ਼ਮੀਨ ਦੀ ਅਲਾਟਮੈਂਟ ਇੱਥੇ ਸਾਨੂੰ ਮਿਲ ਗਈ ਅੱਛਾ ਜੀ ਇੱਥੇ ਹੀ ਆ ਠੀਕ ਆ ਅੱਛਾ ਜਿੱਦਾਂ ਇਹ ਵੀ ਜਿਹੜਾ ਪਿੰਡ ਆ ਤਕਰੀਬਨ ਸਾਰਾ ਮੁਸਲਮਾਨਾਂ ਦਾ ਸੀਗਾ ਹੈ ਨਾ ਸਾਰਾ ਮੁਸਲਮਾਨਾਂ ਦਾ ਸਾਰਾ ਇਹ ਵੀ ਉਜੜਿਆ ਸੀਗਾ ਉਦੋਂ ਪਿੰਡ ਉਜੜਿਆ ਤਾਂ ਇੱਥੇ ਕੁਛ ਉਹਨਾਂ ਦਾ ਮਾਲ ਡੱਠਾ ਕੋਈ ਸੀਗਾ ਇੱਥੇ ਸਾਨੂੰ ਜੀ ਕੱਚੇ ਮਕਾਨ ਸੀਗੇ ਹਾਂ ਅਤੇ ਗੰਨਾ ਬਥੇਰਾ ਸੀਗਾ ਸਾਡੇ ਕੋਲ ਕੁਛ ਨਹੀਂ ਸੀਗਾ ਉਹ ਕਮਾਦ ਪੀੜ ਪੀੜ ਕੇ ਸਾਨੂੰ ਵੇਲਣਾ ਮਿਲ ਗਿਆ ਸੀ ਅੱਛਾ ਤੇ ਕਮਾਦ ਪੀੜ ਪੀੜ ਕੇ ਗੁੜ ਵੇਚੀ ਗਏ ਦਾਣੇ ਲਿਆ ਕੇ ਖਾਈ ਗਏ ਤੇ ਹੋਰ ਕੁਛ ਨਹੀਂ ਮਿਲਿਆ ਸਾਨੂੰ ਇੱਥੋਂ ਅੱਛਾ ਨਾ ਦੀਵਾ ਸੀਗਾ ਅੱਛਾ
ਨਿਸ਼ਾਨੀ ਰੱਖੀ ਆ ਨਿਸ਼ਾਨੀ ਸਾਡੇ ਕੋਲ ਆ ਅੱਛਾ ਦਿਖਾਓ ਤਾਂ ਮਾੜਾ ਦਿਖਾ ਦਿੰਦੇ ਆਹ ਦੇਖੋ ਆਹ ਨਿਸ਼ਾਨੀ ਸਾਡੀ ਮੁਸਲਮਾਨਾਂ ਦੀ ਆਹ ਲਓ ਜੀ ਆਹ ਹੈਗੀ ਆ ਜੀ ਆਹ ਮਿਲਿਆ ਸਾਨੂੰ ਜੀ ਅੱਛਾ ਆਹ ਆ ਜੀ ਨਿਸ਼ਾਨੀ ਹਾਂ ਜਿਹੜੀ 47 ਦੇ ਟਾਈਮ ਤੇ ਬਜ਼ੁਰਗ ਜਦੋਂ ਇੱਥੇ ਆਏ ਆ ਤਾਂ ਉਹਨਾਂ ਨੇ ਇਹ ਸਾਂਭ ਕੇ ਰੱਖੀ ਇਹ ਸਾਂਭ ਕੇ ਕਾਹਦੇ ਰੱਖੀ ਬਾਪੂ ਜੀ ਸਾਂਭ ਕੇ ਉਦਾਂ ਹੀ ਜਾਣੀ ਪਿਆਰ ਨਾਲ ਹੀ ਰੱਖੀ ਵੀ ਸਾਡੇ ਕੋਲ ਨਿਸ਼ਾਨੀ ਤਾਂ ਹੈ ਹਾਂ ਉਹਨਾਂ ਦਾ ਹੈਗਾ ਕੁਛ ਯਾਦਗੀਰ ਸਹੀ ਗੱਲ ਹਾਂ ਯਾਦਗੀਰ ਹੈ ਪੁਰਾਣੀ ਜੀ ਹਾਂ ਅੱਛਾ ਬਜ਼ੁਰਗੋ ਚਲੋ ਇੱਕ ਲਾਸਟ 'ਚ ਤੁਹਾਨੂੰ ਪੁੱਛਦੇ ਆ ਵੀ ਤੁਹਾਡਾ ਕਹਿੰਦੇ ਵੀ ਜਿਹੜੇ ਜੰਮਣ ਭੋਏ ਆ ਨਾ ਉਹ ਬੰਦਾ ਸਾਰੀ ਉਮਰ ਨਹੀਂ ਭੁੱਲਦਾ ਜਿੱਥੇ ਜੰਮਿਆ ਹਨਾ ਉਹ ਤਾਂ ਰੂਹ ਕਰਦੇ ਹਰ ਵੇਲੇ ਤਾਂ ਤੁਹਾਡਾ ਦਿਲ ਕਰਦਾ ਵੀ ਮੈਂ ਆਪਣਾ ਪਿੰਡ ਦੇਖ ਕੇ ਆਵਾਂ ਰੂਹ ਤਾਂ ਕਰਦਾ ਜੀ ਕਿਤੇ ਲੈ ਜਾਂ ਉਹਨੇ ਖਰਾ ਅੰਬ ਵੀ ਦੇਖਣ ਨੂੰ ਬਾਬੇ ਰੂਹ ਕਰਦਾ ਜਿੱਥੇ ਜਨਮੇ ਆ ਉੱਥੇ ਵੀ ਰੂਹ ਕਰਦੇ ਜਾਣ ਨੂੰ ਵੀ ਆਪਣੇ ਜਿਹੜੇ ਮਿੱਤਰ ਜੇ ਹੋਣ ਤੁਹਾਡੇ ਹੈਗੇ ਆ ਵੀ ਜੇ ਉਹਨਾਂ ਨੂੰ ਕਿਤੇ ਮਿੱਤਰ ਜਿਹੜੇ ਉਹ ਬਜ਼ੁਰਗ ਸੀ ਉਹ ਤਾਂ ਮਰ ਗਏ ਜਿਹੜੇ ਨਿਆਣੇ ਉਹ ਤਾਂ ਮੈਨੂੰ ਝੱਟ ਪਛਾਣ ਲੈਣਗੇ ਹਾਂ ਜਿਹੜੇ ਤੁਹਾਡੇ ਹਮ ਹਾਂ ਹਮ ਜੀ ਨਾਲ ਖੇਡਦਾ ਰਿਹਾ ਹਾਂ ਸਹੀ ਗੱਲ ਆ ਅਤੇ ਚਲੋ ਠੀਕ ਆ ਜੀ ਕੀਤੀਆਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਅਤੇ ਜੋ 47 ਦਾ ਜੋ ਇਹਨਾਂ ਦੇ ਜੇਨ 'ਚ ਸੀਗਾ ਅਸੀਂ ਤੁਹਾਡੇ ਅੱਗੇ ਰੱਖਿਆ ਸਾਡੀ ਇੱਕ ਹੋਰ ਰਿਕੁਐਸਟ ਆ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਜਿਹੜੀ ਆਉਣੇ ਵਾਲੀ ਵੀਡੀਓ ਤੁਹਾਡੇ ਤੱਕ ਛੇਤੀ ਪਹੁੰਚ ਜਾਵੇ ਅਤੇ ਇੱਕ ਹੋਰ ਤੁਹਾਡੇ ਮੇਰੇ ਬੇਨਤੀ ਕਰਦੇ ਹਾਂ ਵੀ ਜੇ ਤੁਹਾਡੇ ਲਾਗੇ ਗਲੀ ਗੁਆਂਢ ਘਰ ਦੇ ਵਿੱਚ ਕੋਈ ਬਜ਼ੁਰਗ ਹੈਗਾ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਵੀਡੀਓ ਜਿਹੜੀ ਆ ਧਰਤੀ ਦੇਸ਼ ਪੰਜਾਬ ਦੇ ਚੈਨਲ 'ਤੇ ਆਉਣੀ ਚਾਹੀਦੀ ਆ ਅਤੇ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ 'ਤੇ ਉਦੋਂ ਤੱਕ ਲਈ ਜੀ ਖੁਦਾ ਹਾਫਿਜ਼ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ